आज लंच बॉक्स ने हमारा मूड खराब कर दिया। अरवी, टिंडा, रॉकी, तो हम सब ने एक साथ डिसाइड किया। टोमेटो, स्विगी, ਇਹ ਤਾਂ ਸੀ ਖਾਣਾ ਆਰਡਰ ਕਰਨ ਵਾਲੀਆਂ ਐਪਸ ਦਾ ਸੀਕੁਐਂਸ, ਜ਼ੋਮੈਟੋ, ਸਵੀਗੀ, ਈਟ ਸ਼ੋਰ। ਪਰ ਮੈਥ ਵਿੱਚ ਨੰਬਰਾਂ ਦਾ ਸੀਕੁਐਂਸ ਕਿਵੇਂ ਦਾ ਹੁੰਦਾ, ਉਹ ਸੀਕੁਐਂਸ ਨੂੰ ਕਿਵੇਂ ਦੇਖੀਦਾ, ਆਓ ਦੇਖਦੇ ਹਾਂ। ਚੈਪਟਰ 5 ਅਧਿਆਇ 5 ਅਰਿਥਮੈਟਿਕ ਪ੍ਰੋਗਰੈਸ਼ਨ, ਜਿਹਨੂੰ ਸ਼ਾਰਟ ਫਾਰਮ 'ਚ AP ਵੀ ਲਿਖਦੇ ਹੈ, ਪੰਜਾਬੀ 'ਚ ਕਹਿੰਦੇ ਆ ਅੰਕ ਗਣਿਤਿਕ ਲੜੀ। ਕੀ ਮਤਲਬ ਹੈ ਪਹਿਲਾਂ ਇਹਦਾ? ਅੰਕ ਦਾ ਮਤਲਬ ਹੁੰਦਾ ਮੈਥ ਦੇ ਨੰਬਰ 1, 2, 3, 4। ਗਣਿਤਿਕ ਦਾ ਮਤਲਬ ਹੁੰਦਾ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ। ਮੈਥ ਵਿੱਚ ਆਪਾਂ ਕੋਈ ਵੀ ਦੋ ਨੰਬਰਾਂ ਨੂੰ, ਕੋਈ ਵੀ ਦੋ ਚੀਜ਼ਾਂ ਨੂੰ ਕੀ ਕਰਦੇ ਹਾਂ, ਜਾਂ ਤਾਂ ਪਲੱਸ ਕਰਦੇ ਹਾਂ, ਜਾਂ ਮਾਈਨਸ ਕਰਦੇ ਹਾਂ, ਜਾਂ ਗੁਣਾ ਕਰਦੇ ਹਾਂ, ਭਾਵ ਇਹ ਚਾਰ ਚੀਜ਼ਾਂ ਹੀ ਕਰਦੇ ਹਾਂ, ਇਹਨਾਂ ਚਾਰਾਂ ਤੋਂ ਅਲੱਗ ਤਾਂ ਕੁਛ ਨਹੀਂ ਕਰਦੇ ਨਾ। ਤਾਂ ਲੜੀ ਮਤਲਬ ਇੱਕ ਨੰਬਰ, ਇੱਕ ਸੀਕੁਐਂਸ। ਅਰਿਥਮੈਟਿਕ ਪ੍ਰੋਗਰੈਸ਼ਨ ਮਤਲਬ ਇੱਕ ਏਦਾਂ ਦੀ ਲੜੀ, ਇੱਕ ਏਦਾਂ ਦਾ ਸੀਕੁਐਂਸ ਜਿਹਦੇ ਵਿੱਚ ਨੰਬਰ ਲਿਖੇ ਹੋਣ, ਪਰ ਨੰਬਰਾਂ ਦਾ ਆਪਸ 'ਚ ਕੀ ਰਿਸ਼ਤਾ ਹੋਵੇ, ਇਹ ਚਾਰਾਂ 'ਚੋਂ ਇੱਕ ਰਿਸ਼ਤਾ ਹੋਵੇ, ਜਾਂ ਦੋਨਾਂ ਵਿੱਚ ਕੋਈ ਚੀਜ਼ ਪਲੱਸ ਹੁੰਦੀ ਹੋਵੇ, ਜਾਂ ਘਟਾਓ ਹੁੰਦੀ ਹੋਵੇ, ਜਾਂ ਗੁਣਾ ਹੁੰਦੀ ਹੋਵੇ, ਜਾਂ ਭਾਗ ਹੁੰਦੀ ਹੋਵੇ, ਜਾਂ ਦੋ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਹੋਣ। ਜਿਵੇਂ ਫੋਰ ਐਗਜ਼ਾਮਪਲ ਮੈਂ ਕਹਿੰਦੀ ਹਾਂ, ਤੁਹਾਡੇ ਸਾਹਮਣੇ ਇੱਕ ਮੈਂ ਲੜੀ ਲਿਖੀ ਆ, ਇੱਕ ਸੀਕੁਐਂਸ ਲਿਖੀ, ਇਹਦੇ 'ਚ ਪਹਿਲਾ ਨੰਬਰ 2, 4, 6, 8, 10। ਹੁਣ ਇਹ ਮੈਥ ਦੇ ਨੰਬਰਾਂ ਦੀ ਲੜੀ ਆ ਨਾ, ਮੈਥ ਦੇ ਨੰਬਰ ਲਿਖੇ ਆ। ਹੁਣ ਇਹਨਾਂ 'ਚ ਆਪਾਂ ਦੇਖੀਏ ਕਿ 2 ਤੋਂ 4 ਦੇ ਵਿੱਚ ਕਿੰਨੇ ਦਾ ਫਰਕ ਹੈ, 2 ਤੋਂ 4 ਦੇ ਵਿੱਚ 2 ਦਾ ਫਰਕ, 4 ਤੋਂ 6, 6 ਤੋਂ 8 'ਚ, 8 ਤੋਂ 10 'ਚ। ਤਾਂ ਜਦੋਂ ਮੈਂ ਫਰਕ ਮਤਲਬ ਘਟਾਓ ਕਰੂੰਗੀ, 4 'ਚੋਂ 2 ਘਟਾਊਂਗੀ ਤਾਂ 2 ਆਊਗਾ, 6'ਚੋਂ 4 ਘਟਾਊਂਗੀ 2 ਆਊਗਾ, ਜਾਂ ਪਹਿਲੀ ਰਕਮ ਵਿੱਚ 2 ਜੋੜੀ ਚੱਲੋ ਅਗਲੀ ਰਕਮ ਆਈ ਜਾਂਦੀ ਹੈ, 2 'ਚ 2 ਜੋੜਿਆ 4, 4 'ਚ 2 ਜੋੜਿਆ 6, 6 'ਚ 2 ਜੋੜਿਆ 8। ਤਾਂ ਇਸ ਨਾਲ ਜੋੜ ਜਾਂ ਘਟਾਓ ਦੋਵੇਂ ਇੱਥੇ ਲੱਗੇ ਆ, ਚਾਹੇ ਜੋੜ ਦੇ ਤਰੀਕੇ ਨਾਲ ਦੇਖ ਲਓ ਤੇ ਜਾਂ ਘਟਾਓ ਦੇ ਤਰੀਕੇ ਨਾਲ, ਸਮਝ ਲੱਗ ਗਈ। ਏਦਾਂ ਦੀ ਰਕਮ ਨੂੰ, ਏਦਾਂ ਦੀ ਸੀਕੁਐਂਸ ਨੂੰ, ਏਦਾਂ ਦੀ ਲੜੀ ਨੂੰ ਕੀ ਕਹਿੰਦੇ ਆ? ਅੰਕ ਗਣਿਤਿਕ ਲੜੀ, ਇੰਗਲਿਸ਼ ਕਹਿੰਦੇ ਆ ਅਰਿਥਮੈਟਿਕ ਪ੍ਰੋਗਰੈਸ਼ਨ। ਪਰ ਇੰਨਾ ਵੱਡਾ ਨਾਮ ਕਦੀ ਨਹੀਂ ਵਰਤਿਆ ਜਾਂਦਾ, ਪੇਪਰ 'ਚ ਵੀ ਉਹ AP ਲਿਖ ਦਿੰਦੇ ਆ। ਇਹ ਅਰਿਥਮੈਟਿਕ ਦਾ ਪਹਿਲਾ ਅੱਖਰ A, ਪ੍ਰੋਗਰੈਸ਼ਨ ਦਾ ਪਹਿਲਾ ਅੱਖਰ B, ਤਾਂ ਸ਼ਾਰਟਕੱਟ ਵਿੱਚ ਇਹਨੂੰ AP ਹੀ ਕਹਿੰਦੇ ਆ। ਸਮਝ ਲੱਗ ਗਈ ਸਾਰਿਆਂ ਨੂੰ? ਹੁਣ 3 ਗੱਲਾਂ ਧਿਆਨ ਰੱਖਣੀ। ਪਹਿਲੀ ਗੱਲ, ਪੇਪਰ 'ਚ ਜਾਂ ਜਦੋਂ ਵੀ ਬੁੱਕ 'ਚ ਆਪਾਂ ਕੁਐਸਚਨ ਕਰਨੀ ਹੈ, ਏਦਾਂ ਦੀ ਲੜੀ ਦਿੱਤੀ ਹੋਊਗੀ, ਇਹਦੇ 'ਚ ਪਹਿਲੀ ਰਕਮ ਬਹੁਤ ਜ਼ਰੂਰੀ ਹੈ, ਉਹਨੂੰ A ਕਹਿੰਦੇ ਆ। ਇਹ ਬਾਰ ਬਾਰ 2 ਨੰਬਰ 'ਚ ਕੁਐਸਚਨ ਆਉਣਾ ਜਾਂ 1 ਨੰਬਰ 'ਚ ਕਿ ਲੜੀ ਦਾ A ਪਤਾ ਕਰੋ ਜਾਂ ਪਹਿਲੀ ਰਕਮ ਪਤਾ ਕਰੋ, ਤਾਂ ਤੁਸੀਂ ਆਪ ਧਿਆਨ ਰੱਖਣਾ ਹੈ ਪਹਿਲੀ ਰਕਮ ਮਤਲਬ ਕੀ ਹੈ, A ਕਿੰਨਾ ਇੱਥੇ, A 2, ਬਸ ਆ ਜਵਾਬ ਆ ਗਿਆ A = 2। ਦੂਜੀ ਗੱਲ, ਉਹਨਾਂ ਨੇ ਕਹਿਣਾ ਸਾਂਝਾ ਅੰਤਰ ਪਤਾ ਕਰੋ। ਸਾਂਝਾ ਅੰਤਰ ਕਿਹਨੂੰ ਕਹਿੰਦੇ ਆ? ਇੰਗਲਿਸ਼ 'ਚ ਕਹਿੰਦੇ ਇਹਨੂੰ ਕਾਮਨ ਡਿਫਰੈਂਸ। ਸਾਂਝਾ ਅੰਤਰ ਮਤਲਬ ਕਾਮਨ ਡਿਫਰੈਂਸ, ਮਤਲਬ ਹੁਣ ਦੇਖੋ ਸਾਰਿਆਂ ਦੇ ਵਿੱਚ ਨਾ ਜਿਹੜਾ ਫਰਕ ਹੈ ਉਹ ਸੇਮ ਆਇਆ ਕਿ ਅਲੱਗ ਅਲੱਗ ਆਇਆ? ਸੇਮ ਹੈ, ਇਹ ਜਿਹੜਾ ਫਰਕ ਹੈ ਇਹਨੂੰ
ਸਾਂਝਾ ਅੰਤਰ ਜਾਂ ਕਾਮਨ ਡਿਫਰੈਂਸ ਕਹਿੰਦੇ ਆ, ਕਿੰਨਾ ਆਇਆ? ਇਹਦਾ ਕੀ ਹੈ ਸਿੰਬਲ? ਇਹਨੂੰ ਛੋਟੀ ਡੀ ਨਾਲ ਦਿਖਾਉਂਦੇ ਆ। ਕਿੰਦੇ ਨਾਲ? ਛੋਟੀ ਡੀ। ਕਹਿੰਦੇ ਕੀ ਹੈ? ਸਾਂਝਾ ਅੰਤਰ ਜਾਂ ਕਾਮਨ ਡਿਫਰੈਂਸ। ਉੱਥੇ ਉਹਨਾਂ ਨੇ ਇਹ ਨੀ ਕਹਿਣਾ ਸਾਂਝਾ ਅੰਤਰ, ਉੱਥੇ ਕਹਿਣਾ ਏ ਤੇ ਡੀ ਪਤਾ ਕਰੋ। ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਏ ਮਤਲਬ ਪਹਿਲੀ ਰਕਮ, ਡੀ ਮਤਲਬ ਕਾਮਨ ਡਿਫਰੈਂਸ, ਸਾਂਝਾ ਅੰਤਰ ਪਤਾ ਕਰੋ। ਉਹ ਕਿਵੇਂ ਕੱਢਣਾ ਉਹ ਆਪਾਂ ਕਰਾਂਗੇ। ਇਹਨਾਂ ਮਤਲਬ ਟਰਮਸ ਪਤਾ ਚੱਲੀ ਹੈ, ਪੱਕੀ ਗੱਲ ਹੈ। ਹੁਣ ਨਾ ਇਹਦੀਆਂ ਰਕਮਾਂ ਦੇਖੀਏ। ਪਹਿਲੀ ਰਕਮ ਨੂੰ ਏ ਵੀ ਕਹਿੰਦੇ ਆ ਜਾਂ ਏ ਵਨ ਵੀ ਕਹਿੰਦੇ ਆ, ਤਾਂ ਉਸ ਹਿਸਾਬ ਨਾਲ ਦੂਜੀ ਰਕਮ ਕੀ ਹੋ ਗਈ? ਏ ਟੂ, ਤੀਜੀ ਏ ਥ੍ਰੀ, ਚੌਥੀ ਏ ਚਾਰਾਂ। ਕਈ ਬੁੱਕਸ ਚ ਰਕਮਾਂ ਨੂੰ ਟੀ ਵਨ ਵੀ ਕਹਿੰਦੇ ਆ, ਟੀ ਵਨ, ਟੀ ਟੂ, ਟੀ ਥ੍ਰੀ, ਟੀ ਫੋਰ, ਐਂਡ ਅਲੱਗ ਅਲੱਗ ਬੁੱਕਸ ਹੈ। ਕਈ ਬੁੱਕਸ ਚ ਏ ਵਨ, ਏ ਟੂ, ਏ ਥ੍ਰੀ ਵਰਤਿਆ ਜਾਂਦਾ, ਕਈ ਬੁੱਕਸ ਚ ਟੀ ਵਨ, ਟੀ ਟੂ, ਟੀ ਥ੍ਰੀ। ਸਮਝ ਲੱਗ ਗਈ? ਪਹਿਲੀ ਰਕਮ ਨੂੰ ਏ ਵੀ ਕਹਿੰਦੇ ਆ, ਏ ਵਨ ਵੀ ਕਹਿੰਦੇ ਆ। ਸਮਝ ਲੱਗ ਗਈ? ਸਮਝ ਲੱਗ ਗਈ? ਕੀ ਪੜ੍ਹਿਆ ਆਪਾਂ? ਅੰਕ ਗਣਿਤਿਕ ਲੜੀ ਅਰਿਥਮੈਟਿਕ ਪ੍ਰੋਗਰੈਸ਼ਨ ਬਾਰੇ ਪੜ੍ਹਿਆ ਕਿ ਇੱਕ ਉਹ ਸੀਕੁਐਂਸ, ਉਹ ਲੜੀ ਜਿਹਦੇ ਵਿੱਚ ਨੰਬਰ ਹੁੰਦੇ ਹਨ, ਪਰ ਨੰਬਰਾਂ ਦਾ ਆਪਸ ਵਿੱਚ ਕਨੈਕਸ਼ਨ ਕੀ ਹੁੰਦਾ ਹੈ? ਪਲੱਸ ਮਾਈਨਸ ਗੁਣਾ ਭਾਗ ਦੇ ਬੇਸ ਤੇ ਹੁੰਦਾ, ਠੀਕ ਹੈ। ਦੂਜੀ ਗੱਲ ਪੜ੍ਹੀ ਹੈ ਕਿ ਇਹਦੇ ਨੰਬਰਾਂ ਨੂੰ ਆਪਾਂ ਪਹਿਲੇ ਨੰਬਰ ਨੂੰ ਏ, ਏ ਵਨ, ਟੀ ਵਨ ਕਹਿੰਦੇ ਹਾਂ, ਬਾਕੀਆਂ ਨੂੰ ਏ ਟੂ, ਏ ਥ੍ਰੀ, ਏ ਫੋਰ, ਏ ਫਾਈਵ, ਜਾਂ ਟੀ ਟੂ, ਟੀ ਥ੍ਰੀ, ਟੀ ਫੋਰ, ਟੀ ਫਾਈਵ। ਤੀਜੀ ਗੱਲ ਪੜ੍ਹੀ ਜਿਹੜਾ ਅੰਤਰ ਹੈ ਆਪਸ ਚ ਦੋਵਾਂ ਦੇ ਵਿਚਕਾਰ ਸਾਰੀਆਂ ਰਕਮਾਂ ਵਿੱਚ, ਕੋਈ ਵੀ ਦੋ ਰਕਮਾਂ ਲੈ ਲਈਏ ਉਹਨਾਂ ਦਾ ਅੰਤਰ ਕਿੰਨਾ ਆਪਸ ਚ ਬਰਾਬਰ, ਤੁਹਾਨੂੰ ਕਹਿੰਦੇ ਕੀ ਹੈ? ਸਾਂਝਾ ਅੰਤਰ, ਕਾਮਨ ਡਿਫਰੈਂਸ। ਕਿੰਦੇ ਨਾਲ ਦਿਖਾਉਂਦੇ ਹੈ? ਛੋਟੀ ਡੀ। ਸਮਝ ਲੱਗ ਗਈ? ਹੁਣ ਤੁਹਾਡੇ ਸਾਹਮਣੇ ਕੁਐਸਚਨ ਹੈ, ਐਕਸਰਸਾਈਜ਼ 5.1 ਦਾ ਪਹਿਲਾ ਕੁਐਸਚਨ ਆਪਾਂ ਕਰਨ ਲੱਗੇ ਹਾਂ। ਬੇਸਿਕ ਆਪਾਂ ਮੀਨਿੰਗ ਸਮਝ ਲਿਆ ਕਿ ਅਰਿਥਮੈਟਿਕ ਪ੍ਰੋਗਰੈਸ਼ਨ, ਅੰਕ ਗਣਿਤਿਕ ਲੜੀ ਕਿਵੇਂ ਕਰਨੀ ਹੈ। ਹੁਣ ਪ੍ਰੈਕਟੀਕਲ ਹੁੰਦੀਆਂ ਐਪਲੀਕੇਸ਼ਨਸ ਕੁਐਸਚਨ ਕਰਨ ਲੱਗੀਆਂ। ਐਕਸਰਸਾਈਜ਼ 5.1 ਦਾ ਪਹਿਲਾ, ਏਪੀ ਦਾ ਪਹਿਲਾ ਪਦ ਤੇ ਸਾਂਝਾ ਅੰਤਰ ਪਤਾ ਕਰੋ। ਇਹ ਦੋ ਨੰਬਰ ਚ ਜਾਂ ਇੱਕ ਨੰਬਰ ਚ ਆਣਾ ਹੀ ਆਣਾ। ਕੀ ਹੈ? ਫਾਈਂਡ ਫਸਟ ਟਰਮ ਐਂਡ ਕਾਮਨ ਡਿਫਰੈਂਸ ਆਫ ਏਪੀ। ਹੁਣ ਇਹਦੇ ਚ ਤਿੰਨ ਗੱਲਾਂ ਧਿਆਨ, ਇੱਕ ਏਪੀ, ਦੂਜਾ ਪਹਿਲਾ ਪਦ, ਤੀਜਾ ਸਾਂਝਾ ਅੰਤਰ। ਕਾਮਨ ਡਿਫਰੈਂਸ, ਫਸਟ ਟਰਮ ਤੇ ਏਪੀ। ਹੁਣ ਇਹਦੇ ਚ ਉਹਨਾਂ ਨੇ ਸ਼ਾਰਟਕਟ ਏਪੀ ਵਰਤਿਆ। ਜਦੋਂ ਏਪੀ ਸ਼ਬਦ ਵਰਤ ਲਿਆ ਤੁਸੀਂ ਆਪ ਹੀ ਸਮਝ ਲੈਣਾ ਚੈਪਟਰ 5। ਹੁਣ ਇੱਥੇ ਦੂਜੀ ਗੱਲ, ਉਹਨਾਂ ਨੇ ਕੀ ਕਿਹਾ? ਪਹਿਲਾ ਪਦ, ਤੇ ਪਹਿਲਾ ਪਦ ਆਪਾਂ ਕੀ ਕਿਹਾ ਸੀ? ਕਿਹਨੂੰ ਕਹਿਣਾ? ਏ ਮਤਲਬ ਪਹਿਲੀ ਰਕਮ, ਯਾਨੀ ਕਿ ਇੱਥੇ ਆਪਾਂ ਇੱਕ ਦਾ ਕੀ ਪਤਾ ਕਰਨਾ? ਏ। ਦੂਜੀ ਗੱਲ, ਸਾਂਝਾ ਅੰਤਰ, ਕਾਮਨ ਡਿਫਰੈਂਸ ਪਤਾ ਕਰਨਾ, ਮਤਲਬ ਕੀ ਕਿੰਨਾ ਦਰਸਾਇਆ ਸੀ ਟੀ ਨਾਲ ਡਿਫਰੈਂਸ ਨਾਲ, ਇਹ ਦੋ ਚੀਜ਼ਾਂ ਪਤਾ ਕਰਨੀਆਂ। ਕਿਵੇਂ ਪਤਾ ਕਰਨੀਆਂ? ਹੁਣ ਪਹਿਲੀ ਰਕਮ ਏ ਦਾ ਸਾਫ ਵੀ ਪਤਾ ਚੱਲ ਗਿਆ ਕਿੰਨਾ, ਯਾਨੀ ਕਿ ਏ ਬਰਾਬਰ ਤਿੰਨ, ਜਾਂ ਪਹਿਲਾ ਕਦਮ ਪਹਿਲਾ ਲਿਖ ਲਓ ਜੋ ਉਹਨਾਂ ਨੇ ਬੋਲਿਆ, ਚਾਹੇ ਇੰਗਲਿਸ਼ ਲਿਖ ਲਓ ਫਸਟ, ਦੋ ਚਾਹੇ ਗੱਲਾਂ ਆਪਾਂ ਏ ਲਿਖ ਲਈਏ ਤਾਂ ਵੀ ਸਹੀ। ਹੁਣ ਪਤਾ ਕਰਨਾ ਡੀ, ਯਾਨੀ ਕਿ ਸਾਂਝਾ ਅੰਤਰ, ਯਾਨੀ ਕਿ ਕਾਮਨ ਡਿਫਰੈਂਸ। ਜ਼ਿਆਦਾਤਰ ਆਪਾਂ ਤਾਂ ਸਿਰਫ ਡੀ ਤੇ ਏ ਹੀ ਸ਼ਬਦ ਵਰਤਿਆ ਕਰਾਂਗੇ। ਕਿਵੇਂ ਪਤਾ ਕਰਨਾ? ਪਿਛਲੀ ਵਿੱਚੋਂ ਅਗਲੀ ਘਟਾਉਣੀ। ਧਿਆਨ ਰੱਖਣਾ ਬੱਚੇ ਗਲਤੀ ਕਰਦੇ ਆ,
ਅਗਲੀ ਮਾਈਨਸ ਪਿਛਲੀ ਲਿਖ ਦਿੰਦੇ ਆ, ਨਹੀਂ ਪਿਛਲੀ ਪਹਿਲਾਂ ਲਿਖਣੀ ਹੈ, ਅਗਲੀ ਦੇ ਅੱਗੇ ਜਿਹੜਾ ਨਿਸ਼ਾਨ ਹੋਊਗਾ ਉਹਨੂੰ ਬਦਲ ਕੇ ਲਿਖਣਾ। ਤਿੰਨ ਦੇ ਅੱਗੇ ਕਿਹੜਾ ਨਿਸ਼ਾਨ ਹੋਊਗਾ ਤਾਂ ਆਪਾਂ ਉਹਨੇ ਇੱਥੇ ਮਾਈਨਸ। ਤੇ ਜ਼ਰੂਰੀ ਨਹੀਂ ਪਹਿਲੀਆਂ ਦੋ ਲੈਣੀਆਂ, ਤੁਸੀਂ ਦੋ ਲੈਣੀਆਂ ਨਾਲ ਨਾਲ ਵਾਲੀਆਂ ਲੈਣੀਆਂ, ਚਾਹੇ ਪਹਿਲੀਆਂ ਦੋ ਲੈ ਲਓ, ਚਾਹੇ ਆਹ ਦੋ ਲੈ ਲਓ, ਚਾਹੇ ਆਹ ਦੋ ਲੈ ਲਓ। ਇਹ ਨਹੀਂ ਕਿ ਪਹਿਲਾਂ ਪਹਿਲੀ ਤੇ ਚੌਥੀ ਨਹੀਂ ਲੈਣੀ, ਪਹਿਲੀ ਤੇ ਚੌਥੀ ਨਹੀਂ ਲੈਣੀ, ਬਿਲਕੁਲ ਨਾਲ ਨਾਲ ਜਿਵੇਂ ਮੈਂ ਪੰਜਾਬੀ ਕਹਿੰਦੀ ਗੁਆਂਢੀ ਲੈਣੇ ਆ, ਦੋਵੇਂ ਨਾਲ ਨਾਲ ਵਾਲੇ, ਚਾਹੇ ਆਹ ਦੋ ਨਾਲ ਨਾਲ ਗੁਆਂਢੀ ਲੈ ਲਓ। ਜਿਵੇਂ ਆਪਾਂ ਉਦਾਹਰਣ ਚ ਦੇਖਿਆ ਸੀ ਸਾਰਿਆਂ ਦਾ ਫਰਕ ਆਪਸ ਵਿੱਚ ਕੀ ਸੀ, ਬਰਾਬਰ ਸੀ ਨਾ, ਇਸ ਕਰਕੇ ਆਪਾਂ ਗੁਆਂਢੀ ਲੈਣੇ, ਜਿਹੜੇ ਮਰਜ਼ੀ ਦੋ ਲੈ ਲਓ ਪਰ ਨਾਲ ਨਾਲ ਲੈ ਲਓ। ਹੁਣ ਛੀਆਂ ਤੋਂ ਤਿੰਨ ਘਟਾਏ ਗਏ, ਕੋਮਨ ਡਿਫਰੈਂਸ ਕਿੰਨਾ ਆ ਗਿਆ, ਸਮਝ ਲੈ। ਹਾਂਜੀ, ਹੁਣ ਇਹ ਜਿਹੜਾ ਦੂਜਾ ਸਵਾਲ ਹੈ, ਰਕਮ ਕੀ ਹੈ, ਧਿਆਨ ਨਾਲ ਦੇਖੋ, ਤਿੰਨ ਇੱਕ ਮਾਈਨਸ ਇੱਕ ਮਾਈਨਸ ਤਿੰਨ। ਇਹ ਮੈਂ ਤਾਂ ਕਰਵਾਉਣ ਲੱਗੀ ਹਾਂ ਕਿ ਪਹਿਲਾਂ ਜਿਹੜਾ ਆਪਾਂ ਕੁਐਸਚਨ ਕੀਤਾ ਉਹਨੇ ਸਾਰੀਆਂ ਪਲੱਸ ਵਾਲੀਆਂ ਸੀ, ਇਹਦੇ ਚ ਕੁਛ ਪਲੱਸ ਵਾਲੀਆਂ ਕੁਛ ਮਾਈਨਸ ਵਾਲੀਆਂ। ਜਿਹੜਾ ਅਗਲਾ ਕੁਐਸਚਨ ਕਰਾਂਗੇ ਉਹਦੇ ਚ ਮਾਈਨਸ ਵਾਲੀਆਂ ਜ਼ਿਆਦਾ ਹੈ, ਤਾਂ ਧਿਆਨ ਰੱਖਣਾ ਕਿ ਗਲਤੀ ਕਰਦੇ ਆ ਬੱਚੇ ਕਿਵੇਂ। ਪਹਿਲਾਂ ਆਪਾਂ ਫਸਟ ਟਰਮ ਏ, ਅੱਛਾ ਨੈਟ ਕਿੰਨਾ ਜਵਾਬ ਆਏਗਾ, ਬੈਟਰੀ ਬਿੱਲ ਲਾਤੇ ਨਹੀਂ, ਤਿੰਨ, ਇਹ ਤਾਂ ਕੁਛ ਕਰਨਾ ਹੀ ਨਹੀਂ, ਪਹਿਲੀ ਰਕਮ ਦੇਖਣੀ ਏ ਤੀਹ ਪਤਾ ਕਰ। ਕੋਈ ਵੀ ਦੋ ਰਕਮ ਕਿਹਾ ਸੀ ਪਹਿਲਾਂ ਪਿਛਲੀ, ਮੰਨ ਲਓ ਮੈਂ ਪਹਿਲੀਆਂ ਦੋ ਲੈਣ ਲੱਗੀ ਆ ਤਾਂ ਪਹਿਲਾਂ ਕਿਹੜੀ ਲਿਖਣੀ ਹੈ, ਪਿਛਲੀ ਇੱਕ, ਜਦੋਂ ਅਗਲੀ ਲਿਖਣੀ ਹੈ ਤਾਂ ਉਹਦਾ ਕੀ ਬਦਲਣਾ ਹੈ, ਕਿਹੜਾ ਹੋਊਗਾ ਹੁਣ, ਅੱਛਾ ਹੁਣ ਹਾਂ ਗੁੜੀਆ ਜਵਾਬ ਕਿੰਨਾ ਹੋਊਗਾ, ਮਾਈਨਸ ਅਲੱਗ ਅਲੱਗ ਨਿਸ਼ਾਨ ਹੈ ਕਿ ਦੋ ਦੇ ਅਲੱਗ ਅਲੱਗ, ਕੀ ਕਰਨਾ, ਕਿੰਨਾ ਜਵਾਬ ਹੋਊਗਾ, ਕੱਲਾ ਦੋ ਹੋਊਗਾ, ਮਾਈਨਸ ਦੋ। ਬੱਚੇ ਮਾਈਨਸ ਨਹੀਂ ਪਾਉਂਦੇ, ਬੱਚੇ ਨਾ ਪਤਾ ਕੀ ਕਰਦੇ, ਤੁਸੀਂ ਵੀ ਕਰੋਗੇ ਗਲਤੀ, ਕੀ ਕਰਦੇ ਮੂੰਹ ਜ਼ਬਾਨੀ ਸਿੱਧਾ ਇਹ ਕਰਦੇ ਨੇ, ਤਿੰਨ ਮਾਈਨਸ ਇੱਕ ਦੋ, ਸਿੱਧਾ ਏ ਡੀ ਬਰਾਬਰ ਦੋ ਲਿਖਦੇ ਆ, ਸਵਾਲ ਕਰ ਦਿੰਦੇ ਆ। ਤਾਂ ਹੀ ਮੈਂ ਕਹਿੰਦੀ ਇਹਨੂੰ ਲਿਖ ਕੇ ਪੈਨ ਨਾਲ ਕਰੋ, ਕਿਉਂ, ਕਿਉਂਕਿ ਜਦੋਂ ਆਪਾਂ ਪਿਛਲੀ ਰਕਮ ਪਹਿਲੀ ਰਕਮ ਪਿੱਛੇ ਲਿਖਣੀ ਹੈ ਤਾਂ ਉਹਦਾ ਨਿਸ਼ਾਨ ਬਦਲਣਾ, ਤਾਂ ਵੱਡੀ ਰਕਮ ਦਾ ਨਿਸ਼ਾਨ ਲਿਖਣਾ। ਇੱਥੇ ਜੇ ਪਹਿਲਾਂ ਦੋ ਨਾਲ ਕਰ ਦੋਗੇ ਸਾਰਾ ਸਵਾਲ ਕੀ ਹੋ ਜੂਗਾ, ਪਰ ਇਹ ਪਤਾ ਕਰਨਾ। ਅੱਛਾ ਹਾਂ ਅਨਮੋਲ ਬੇਟਾ, ਏ ਕਿੰਨੇ ਅੰਦਰ, ਮਾਈਨਸ ਪੰਜ, ਵੈਰੀ ਗੁੱਡ। ਪਹਿਲਾ ਸਵਾਲ ਪਹਿਲੀ ਰਕਮ ਇਹ ਹੈ, ਹੁਣ ਡੀ ਧਿਆਨ ਨਾਲ ਦੇ, ਕੋਈ ਵੀ ਲੈ ਸਕਦੇ ਹੋ ਇਹਦੇ ਚ। ਹੁਣ ਇਸ ਸਵਾਲ ਚ ਪਹਿਲੀਆਂ ਦੋ ਰਕਮਾਂ ਮਾਈਨਸ ਵਾਲੀਆਂ ਨਾ, ਪਿਛਲੀਆਂ ਪਲੱਸ ਵਾਲੀਆਂ ਨਾ, ਤਾਂ ਵੈਸੇ ਪਲੱਸ ਵਾਲੀਆਂ ਰਕਮਾਂ ਨੂੰ ਸੋਲਵ ਕਰਨਾ ਸੌਖਾ ਹੁੰਦਾ, ਮਾਈਨਸ ਵਾਲੀਆਂ ਰਕਮਾਂ ਚ ਮਾਈਨਸ ਦਾ ਪੰਗਾ ਹੀ ਰਹਿੰਦਾ। ਤਾਂ ਜੇ ਤੁਹਾਨੂੰ ਮਾਈਨਸ ਵਾਲੀਆਂ ਰਕਮਾਂ ਔਖੀਆਂ ਲੱਗਦੀਆਂ ਤਾਂ ਤੁਸੀਂ ਪਿਛਲੀਆਂ ਦੋ ਲੈ ਲਓ ਪਲੱਸ ਵਾਲੀਆਂ, ਜਵਾਬ ਤਾਂ ਸੇਮ ਹੀ ਆਣਾ, ਸ਼ਰਤ ਕੀ ਹੈ ਕਿ ਗੁਆਂਢੀ ਲੈਣੇ ਆ ਨਾਲ ਨਾਲ ਵਾਲੀਆਂ ਲੈਣੀ। ਹੁਣ ਆਪਾਂ ਲੈਣ ਲੱਗੇ, ਮੈਂ ਤੁਹਾਨੂੰ ਦੋਵੇਂ ਕਰਕੇ ਦਿਖਾਉਂਦੀ, ਸੱਤ ਪਹਿਲਾਂ ਲਿਖੂੰਗੀ ਤੇ ਨਾਲ ਵਾਲਾ ਗੁਆਂਢੀ ਕਿਹੜਾ ਉਹ ਬਾਅਦ ਚ ਲਿਖੂੰਗੀ, ਪਹਿਲਾਂ ਸੱਤ, ਜਦੋਂ ਗੁਆਂਢੀ ਲਿਖਣਾ ਤਾਂ ਕੀ ਪਤਾ ਲੈ ਆਊਗਾ, ਹੁਣ ਸੱਤਾਂ ਚੋਂ ਤਿੰਨ ਘਟਾਏ, ਨਿਸ਼ਾਨ ਕਿਹੜੀ ਰਕਮ ਦਾ, ਵੱਡੀ ਦਾ ਵੱਡੀ ਸੱਤ ਹੈ, ਉਹਦਾ ਨਿਸ਼ਾਨ ਕਿਹਾ ਪਲੱਸ ਟੂ। ਜੇ ਤੁਸੀਂ ਕਹਿੰਦੇ ਕਿ ਦਿਮਾਗ ਚ ਪੱਕਾ ਬਿਠਾ ਕੇ ਹੀ ਰੱਖਿਆ ਕਿ ਮੈਂ ਪਹਿਲੀਆਂ ਦੋ ਹੀ ਲੈਣੀਆਂ, ਤਾਂ ਉਹ ਵੀ ਧਿਆਨ ਨਾਲ ਦੇ। ਹੁਣ ਇਹਨਾਂ ਆਹ ਦੋ ਗੁਆਂਢੀ ਲੈਣੀ, ਇਹਨਾਂ ਚੋਂ ਪਹਿਲਾਂ ਮੈਂ ਕਿਹੜਾ ਲਿਖੂੰਗੀ, ਮਾਈਨਸ ਮਾਈਨਸ ਮਾਈਨਸ, ਜਦੋਂ ਪਹਿਲੀ ਰਕਮ ਲਿਖਣੀ ਆ ਉਹਦਾ ਕੀ ਬਦਲਣਾ ਹੈ, ਜਿਹੜਾ ਹੋਊਗਾ ਹੁਣ
ਤੇ ਹੁਣ ਪੰਜ ਚੋਂ ਇੱਕ ਕੀ ਕਰਨੇ ਆ ਸਿੰਘਾ ਉੱਪਰ ਜਵਾਬ ਚਾਰ ਮਾਈਨਸ ਚਾਰ ਪਲੱਸ ਚਾਰ ਪਲੱਸ ਸਮਝ ਲੱਗ ਗਈ ਬੱਚੇ ਕੀ ਕਰਦੇ ਆ ਬੱਚਿਆਂ ਨੂੰ ਦਿਮਾਗ ਚ ਬੈਠਿਆ ਹੋਇਆ ਕਿ ਅਸੀਂ ਪਹਿਲੇ ਦੋ ਹੀ ਘਟਾਉਣੇ ਆ ਤੋ ਕੀ ਕਰਦੇ ਆ ਇੱਕ ਮਾਈਨਸ ਪੰਜ ਜਾਂ ਪੰਜ ਮਾਈਨਸ ਇੱਕ ਮਾਈਨਸ ਪੰਜ ਪਲੱਸ ਇੱਕ ਕਰ ਦਿੰਦੇ ਕੰਮ ਉਹਨਾਂ ਸਵਾਲ ਕੀ ਹੁੰਦਾ ਗਲਤ ਤੁਸੀਂ ਆਪ ਦੇਖੋ ਕਿ ਕਿਹੜਾ ਤੁਹਾਨੂੰ ਸੌਖਾ ਲੱਗਦਾ ਸਵਾਲ ਜਵਾਬ ਤਾਂ ਸੇਮ ਆਣਾ ਸ਼ਰਤ ਕੀ ਹੈ ਗੁਆਂਢੀ ਲੈਣੇ ਬਸ ਜੇ ਤੁਹਾਨੂੰ ਆਹ ਦੋ ਸੌਖੇ ਲੱਗਦਾ ਪਲੱਸ ਵਾਲੇ ਤੇ ਇਹ ਦੋ ਗੁਆਂਢੀ ਚੱਕ ਲਓ ਮਾਈਨਸ ਕਰੋ ਜਵਾਬ ਕਰੋ ਜੇ ਸਾਰੀ ਰਕਮ ਜੀ ਮਾਈਨਸ ਮਾਈਨਸ ਵਾਲੇ ਆ ਫਿਰ ਤਾਂ ਤੁਹਾਨੂੰ ਮਾਈਨਸ ਵਾਲੇ ਲੈਣਾ ਪੈਣੇ ਆ ਫਿਰ ਪਹਿਲੇ ਦੋ ਲੈ ਲਓ ਪਰ ਧਿਆਨ ਰੱਖੋ ਜਦੋਂ ਪਹਿਲੀ ਰਕਮ ਲਿਖਣੀ ਉਹਦਾ ਕੀ ਬਦਲਣਾ ਸਮਝ ਲੱਗ ਗਈ ਹਾਂਜੀ